ਕਹਿੰਦੇ ਨੇ ਰੱਬ ਕਈ ਵਾਰ ਫੈਸਲਾ ਬਿਲਕੁਲ ਮੌਕੇ ਉੱਤੇ ਕਰ ਦਿੰਦਾ ਹੈ। ਪਹਿਲਾਂ ਜ਼ਰਾ ਤੁਸੀਂ ਆ ਤਸਵੀਰਾਂ ਦੇਖ ਲਓ। ਅਸਲ 'ਚ ਜ਼ਖਮੀ ਹਾਲਤ 'ਚ ਪੁਲਿਸ ਦੀ ਹਿਰਾਸਤ 'ਚ ਨੌਜਵਾਨ ਗੁਰਦਾਸਪੁਰ ਦੇ ਹਨੂੰਮਾਨ ਚੌਂਕ 'ਚ ਸਥਿਤ ਇੱਕ ਰੈਸਟੋਰੈਂਟ ਦੇ ਬਾਹਰ ਤੋਂ ਆ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋਇਆ ਸੀ, ਜਿਸ ਦਾ ਪਿੱਛਾ ਬੁਲਟ ਮੋਟਰਸਾਈਕਲ ਉੱਤੇ ਸਵਾਰ ਮੁੰਡੇ ਕਰ ਰਹੇ ਸਨ। ਪਰ ਇਹ ਨੌਜਵਾਨ ਇੰਨਾ ਜ਼ਿਆਦਾ ਸ਼ਾਤਿਰ ਸੀ ਕਿ ਬੁਲਟ ਮੋਟਰਸਾਈਕਲ ਵਾਲਿਆਂ ਨੂੰ ਵੀ ਇਸ ਨੇ ਰਾਹ ਨਾ ਦਿੱਤਾ। ਪਰ ਕਹਿੰਦੇ ਨੇ ਕਿ ਜੇਕਰ ਤੁਹਾਡੀ ਕਮਾਈ ਹੱਕ ਹਲਾਲ ਦੀ ਹੋਵੇ ਤਾਂ ਜ਼ਿਆਦਾਤਰ ਮਾਮਲਿਆਂ 'ਚ ਤੁਹਾਡਾ ਨੁਕਸਾਨ ਨਹੀਂ ਹੁੰਦਾ। ਜੇਕਰ ਹੁੰਦਾ ਵੀ ਹੈ ਤਾਂ ਪਰਮਾਤਮਾ ਉਸ ਦੀ ਭਰਪਾਈ ਕਿਸੇ ਹੋਰ ਪਾਸੇ ਤੋਂ ਜ਼ਰੂਰ ਕਰ ਦਿੰਦਾ ਹੈ। ਪਰ ਇਸ ਮਾਮਲੇ 'ਚ ਰੱਬ ਨੇ ਮੌਕੇ 'ਤੇ ਹੀ ਇਨਸਾਫ ਕਰ ਦਿੱਤਾ। ਮੋਟਰਸਾਈਕਲ ਚੋਰੀ ਕਰਕੇ ਭੱਜੇ ਨੌਜਵਾਨ ਦਾ ਰਾਹ 'ਚ ਖਤਰਨਾਕ ਐਕਸੀਡੈਂਟ ਹੋ ਗਿਆ ਅਤੇ ਮੋਟਰਸਾਈਕਲ ਦੇ ਮਾਲਕ ਨੂੰ ਉਸਦਾ ਮੋਟਰਸਾਈਕਲ ਮੌਕੇ 'ਤੇ ਹੀ ਮਿਲ ਗਿਆ। ਸਾਰਾ ਮਾਮਲਾ ਇਹ ਵੀ ਉੱਧਰੋਂ ਸ਼ਹਿਰ ਵਾਲੀ ਸਾਈਡ ਤੋਂ ਮੁੰਡੇ ਤੇਜ਼ ਆ ਰਹੇ ਸੀ ਮੋਟਰਸਾਈਕਲ 'ਤੇ, ਚਾਰ ਪੰਜ ਜਣੇ ਵੱਖਰੇ ਵੱਖਰੇ ਮੋਟਰਸਾਈਕਲਾਂ 'ਤੇ, ਅਤੇ ਇੱਕ ਮੋਟਰਸਾਈਕਲ ਇੱਧਰੋਂ ਟਰੱਕ 'ਚ ਆਉਂਦੇ 'ਚ ਵੱਜ ਗਿਆ ਅਤੇ ਉਹ ਮੁੰਡੇ ਦੇ ਸੱਟ ਲੱਗੀ ਆ ਅਤੇ ਉਹਨੂੰ ਹੋਸਪਿਟਲ ਐਡਮਿਟ ਕਰਾਇਆ ਗਿਆ ਵਾ। ਅਤੇ ਉਸ ਸੰਬੰਧੀ ਇੱਥੇ ਜਦੋਂ ਰਸ਼ ਜ਼ਿਆਦਾ ਹੋਣ ਕਰਕੇ ਟ੍ਰੈਫਿਕ ਜਾਮ ਹੋ ਗਈ ਸੀ ਅਤੇ ਹੁਣ ਟ੍ਰੈਫਿਕ ਬਹਾਲ ਕਰਤੀ ਗਈ ਆ, ਉਹਨੂੰ ਹਸਪਤਾਲ 'ਚ ਕਰਾਤਾ ਵਾ ਐਡਮਿਟ। ਅਤੇ ਬਾਕੀ ਪੁੱਛਗਿੱਛ ਕਰ ਰਹੇ ਹਾਂ ਵੀ ਕੀ ਮੈਟਰ ਸੀ, ਕਿਉਂ ਨਹੀਂ ਤੇਜ਼ ਆ ਰਿਹਾ ਇਹ ਪਿੱਛੋਂ। ਸਰ ਪਤਾ ਲੱਗਾ ਮਗਰ ਮੁੰਡੇ ਮਗਰ ਲੱਗੇ, ਕਿਉਂ ਲੱਗੇ ਮਗਰ? ਹਾਂ ਉਹ ਪਤਾ ਕਰ ਰਹੇ ਹਾਂ ਹੁਣ, ਜਦੋਂ ਅਸੀਂ ਆਏ ਹਾਂ ਉਦੋਂ ਇੱਥੇ ਲੰਮੇ ਪਿਆ ਸੀ, ਸੱਟ ਲੱਗੀ ਸੀ, ਉੰਨੀ ਦੇਰ ਨੂੰ ਉੱਥੋਂ ਸਾਰੇ ਚਲ ਚੁਲ ਗਏ ਆ। ਬਾਕੀ ਵੀਡੀਓ ਬਣੀ ਆ ਮੌਕੇ 'ਤੇ, ਜਿਹੜੇ ਹੋਣਗੇ ਉਹਨਾਂ ਦੀ ਵੈਰੀਫਾਈ ਕਰਕੇ ਉਹਨਾਂ ਨੂੰ ਪੁੱਛ ਲਾਂਗੇ ਵੀ ਤੁਸੀਂ ਕਿਉਂ ਆ ਰਹੇ ਸੀ ਇਹਦੇ ਮਗਰ, ਕੋਈ ਲੜਾਈ ਝਗੜਾ ਸੀ, ਕੋਈ ਚੋਰੀ ਦਾ ਮੈਟਰ ਸੀ, ਕੋਈ ਕੀ ਮੈਟਰ ਕੀ ਸੀ, ਇਹ ਪਤਾ ਕਰ ਲਾਂਗੇ। ਮੁੰਡੇ ਕਹਿ ਰਹੇ ਵੀ ਚੋਰੀ ਦਾ ਮੋਟਰਸਾਈਕਲ ਚੋਰੀ ਕਰਕੇ ਭੱਜਿਆ ਬੰਦਾ ਹੈ। ਹਾਂ ਉਹ ਹਲੇ ਵੈਰੀਫਾਈ ਕਰ ਰਹੇ ਆ ਨਾ, ਹੁਣ ਉਹਨੂੰ ਕੋਈ ਆਉਂਦੀ ਸੁਰਤ, ਫਿਰ ਉਹ ਡਾਕਟਰ ਸਾਹਿਬ ਤੋਂ ਉਹਦਾ ਕਰਕੇ ਪਤਾ ਵੀ ਉਹਨੂੰ, ਫਿਰ ਉਹਦਾ ਐਡਰੈਸ ਵਗੈਰਾ ਵੈਰੀਫਾਈ ਕਰਕੇ ਮੋਟਰਸਾਈਕਲ ਦਾ ਨੰਬਰ ਵਗੈਰਾ ਵੈਰੀਫਾਈ ਕਰਦੇ ਹਾਂ ਅਤੇ ਫਿਰ ਉਸ ਮੁਤਾਬਕ ਵੇਖਦੇ ਹਾਂ। ਇਹ ਟਰੱਕ 'ਚ ਵੱਜਿਆ, ਇਹ ਪਲਟੀਨਾ। ਹਾਂਜੀ ਆਵਾਜਾਈ ਬਹਾਲ ਕਰਾ। ਸੋ ਬੇਸ਼ੱਕ ਪੁਲਿਸ ਆਪਣੀ ਨਲਾਇਕੀ ਛੁਪਾਉਣ ਲਈ ਪੱਤਰਕਾਰਾਂ ਮੂਹਰੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਆਪਣਾ ਬੁੱਤਾ ਸਾਰ ਲੈਂਦੀ ਹੈ, ਪਰ ਸ਼ਹਿਰ 'ਚ ਇਸ ਵੇਲੇ ਚੋਰੀ ਵਾਲੇ ਮਾਮਲਿਆਂ 'ਚ ਹਾਲਾਤ ਕਾਫੀ ਗੰਭੀਰ ਨੇ। ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ। ਮਰਦਾਨਾ ਕਮਜ਼ੋਰੀ ਦੂਰ ਕਰਨ ਵਿੱਚ ਮਾਹਿਰ ਵੈਦ ਸੁਰਿੰਦਰ ਕੁਮਾਰ 73472 80808। ਕਦੋਂ ਤੱਕ ਗੁਪਤ ਰੋਗਾਂ ਨੂੰ ਛੁਪਾਉਂਦੇ ਰਹੋਗੇ? ਹੁਣ ਜੀਵਨ ਸਾਥੀ ਸਾਹਮਣੇ ਸ਼ਰਮਿੰਦਾ ਨਹੀਂ ਹੋਵੋਗੇ, ਸ਼ਾਦੀਸ਼ੁਦਾ ਜੀਵਨ ਦਾ ਆਨੰਦ ਮਾਣੋ। ਮਰਦਾਨਾ ਕਮਜ਼ੋਰੀ, ਨਾ ਮਰਦੀ, ਨਸਾਂ ਦਾ ਢਿੱਲਾਪਨ, ਤਾਂਤ, ਸਿਗਰ ਪਤਨ, ਨਿਲ ਸਕਰਾਣੂਆਂ ਦਾ ਜੜ ਤੋਂ ਖਾਤਮਾ, ਬਚਪਨ ਦੀਆਂ ਗਲਤੀਆਂ ਜਾਂ ਸ਼ੂਗਰ ਜਾਂ ਵੱਧਦੀ ਉਮਰ ਦੇ ਕਾਰਨ ਆਈ ਸੈਕਸ ਕਮਜ਼ੋਰੀ। ਸਾਡੀ ਦਵਾਈ 100% ਸ਼ੁੱਧ ਆਯੁਰਵੈਦਿਕ ਹੈ, ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ। ਦੇਸ਼ ਵਿਦੇਸ਼ ਦੇ ਵਿੱਚ ਦਵਾਈ ਭੇਜਣ ਦਾ ਖਾਸ ਪ੍ਰਬੰਧ, ਡਿਪਰੈਸ਼ਨ ਤੋਂ ਹੁਣ ਪਾਓ ਛੁਟਕਾਰਾ। ਪਤਾ ਨੋਟ ਕਰੋ, ਸਾਹਿਲ ਆਯੁਰਵੈਦਿਕ ਹੈਲਥ ਕੇਅਰ, 100 ਫੁੱਟੀ ਰੋਡ, ਅੰਮ੍ਰਿਤਸਰ, ਪੰਜਾਬ। ਹੁਣੇ ਕਾਲ ਕਰੋ 73472 80808।